ਸਤਿ ਸ਼੍ਰੀ ਅਕਾਲ ਜੀ, ਲੋਕ ਨਾਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਪਰਮਿੰਦਰ ਸਿੰਘ ਰਾਏਪੁਰ। ਅੱਜ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਕਮਰਦੀਪ ਸਿੰਘ ਪੰਨੂ, ਜਿਹੜੇ ਸਿੱਖ ਮਸਲਿਆਂ ਬਾਰੇ ਜਾਂ ਸਿੱਖ ਸਿਧਾਂਤਾਂ ਬਾਰੇ, ਸਿੱਖ ਧਰਮ ਬਾਰੇ ਕਹਿ ਲਓ, ਸਿੱਖਇਜ਼ਮ ਬਾਰੇ ਕਹਿ ਸਕਦੇ ਆਪਾਂ, ਉਹਨਾਂ ਬਾਰੇ ਬਾਖੂਬੀ ਕਈ ਸਾਲਾਂ ਤੋਂ ਬੋਲਦੇ ਆ ਰਹੇ ਨੇ, ਵਿਚਾਰ ਕਰਦੇ ਆ ਰਹੇ ਨੇ, ਅਤੇ ਸਟੱਡੀ ਵੀ ਹੈ ਉਹਨਾਂ ਦੀ ਇਸ ਪੱਖ ਦੇ ਉੱਤੇ ਕਾਫੀ ਜ਼ਿਆਦਾ। ਸੋ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਹੁਣ ਮੁੱਦਾ ਉੱਠਿਆ ਹੋਇਆ ਤਾਜ਼ਾ, ਸਿੱਖਾਂ ਦੇ ਨਾਂ ਨਾਲ ਸਿੰਘ ਸ਼ਬਦ ਲਾਇਆ ਜਾਂਦਾ ਹੈ, ਤਾਂ ਕਿਹਾ ਜਾ ਰਿਹਾ ਕਿ ਸਿੰਘ ਸ਼ਬਦ ਸ਼ੇਰ ਤੋਂ ਲਿਆ ਜਾਂਦਾ, ਜਾਂ ਇਹਦਾ ਭਾਵ ਹੁੰਦਾ ਕਿ ਸ਼ੇਰ ਜਿਹੜਾ ਜਾਨਵਰ ਮੰਨਿਆ ਜਾਂਦਾ, ਉਹਦੇ ਬਾਰੇ ਵੀ ਇੱਕ ਨਵਾਂ ਵਿਵਾਦ ਕਹਿ ਲਓ ਜਾਂ ਮੁੱਦਾ ਉਤਪੰਨ ਹੋਇਆ ਹੋਇਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਸਵਾਗਤ ਕਰਦੇ ਹਾਂ ਕਮਰਦੀਪ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮਰਦੀਪ ਜੀ, ਸ਼ੁਰੂ ਤੋਂ ਹੀ ਦੇਖਦੇ ਆ ਰਹੇ, ਜਦੋਂ ਤੋਂ ਸੋਚੀ ਸੰਭਲੀ ਹੈ ਕਿ ਸਿੱਖ ਧਰਮ ਦਾ ਜਾਂ ਕਹਿ ਲਓ ਕਿ ਸਿੱਖਇਜ਼ਮ ਦਾ ਜਾਂ ਸਿੱਖ ਨਾਲ ਸੰਬੰਧਿਤ ਲੋਕਾਂ ਦਾ ਜਿਹੜੀ ਕਮਿਊਨਿਟੀ ਹੈ, ਇਹਨਾਂ ਦਾ ਜ਼ਿਆਦਾਤਰ ਨਾਤਾ ਜਿਹੜਾ ਹੈਗਾ ਵਿਵਾਦਾਂ ਨਾਲ ਜੁੜਿਆ ਰਹਿੰਦਾ। ਕਦੇ ਕੋਈ ਵਿਵਾਦ ਉਤਪੰਨ ਹੋ ਗਿਆ, ਕਦੇ ਕੋਈ ਮਨ ਕੇ ਬਾਣੀ ਅਤੇ ਕਿੰਤੂ ਪਰੰਤੂ, ਜਾਂ ਉਹ ਤੋਂ ਬਾਅਦ ਦਸਮ ਗ੍ਰੰਥ ਦਾ ਮਾਮਲਾ, ਬੜੇ ਬੜੇ ਹੋਰ ਮਸਲੇ ਜਿਹੜੇ, ਜਾਂ ਸਿੱਖਾਂ ਦੇ ਅੱਤਿਆਚਾਰ 84 ਜੇ ਉਹ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਨਾਲ ਜੁੜੀਆਂ ਹੁੰਦੀਆਂ ਨੇ, ਧਰਮ ਦੇ ਨਾਂ ਨਾਲ ਜੁੜੀਆਂ ਰਹਿੰਦੀਆਂ ਨੇ, ਵਿਵਾਦ ਉੱਠਦੇ ਰਹਿੰਦੇ ਨੇ। ਪਰ ਹੁਣ ਇੱਕ ਨਵਾਂ ਵਿਵਾਦ ਜਿਹੜਾ ਸ਼ਬਦ ਸਿੰਘ ਹੈਗਾ, ਜਿਹੜਾ ਨਾਂ ਨਾਲ ਜੁੜਿਆ ਹੋਇਆ, ਜਿਹਨੂੰ ਮੰਨਿਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਲਕਬ ਜਿਹੜਾ ਹੈਗਾ ਦਿੱਤਾ ਗਿਆ ਹੈਗਾ, ਤਾਂ ਉਹਦੇ ਬਾਰੇ ਤੁਸੀਂ ਸ਼ੁਰੂਆਤੀ ਤੌਰ 'ਤੇ ਕੀ ਕਹਿਣਾ ਚਾਹੁੰਦੇ ਹੋ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵਿਵਾਦ ਬਾਰੇ ਵੀ ਵਿਵਾਦ ਕੀ ਹੈ। ਦੇਖੋ ਪਰਮਿੰਦਰ ਜੀ, ਆਪਾਂ ਵੈਸੇ ਤਾਂ ਇਹ ਮੰਨਿਆ ਜਾਂਦਾ ਹੈ, ਜਿਹੜੇ ਲੋਕ ਵਿਰੋਧੀ ਨੇ ਉਹ ਇਹ ਕਹਿੰਦੇ ਨੇ ਵੀ ਪਹਿਲਾਂ 9 ਗੁਰੂ ਤਾਂ ਜੀ ਸਿੰਘ ਨਹੀਂ ਤੇ, ਸਿਰਫ ਗੁਰੂ ਗੋਬਿੰਦ ਸਿੰਘ ਸਿੰਘ ਨੇ ਜੀ। ਉਹ ਪਹਿਲੀ ਗੱਲ ਤਾਂ ਉਹ ਤਾਂ ਕਹਿੰਦੇ ਨੇ ਕਿਉਂਕਿ ਉਹ ਦਸੇ ਗੁਰੂਆਂ ਨੂੰ ਆਡਰ ਸਮਝਦੇ ਨੇ। ਸਿੱਖ ਇਜ਼ਮ 'ਚ ਇਹ ਸਿਧਾਂਤ ਨਹੀਂ, ਸਾਡਾ ਤਾਂ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਪਹਿਲੇ ਗੁਰੂਆਂ 'ਚ ਔਰ ਦਸਵੇਂ ਪਾਤਸ਼ਾਹ 'ਚ ਫਰਕ ਕੋਈ ਨਹੀਂ, ਸਿਧਾਂਤ ਜੋ ਚੱਲਿਆ ਆ ਰਿਹਾ ਉਸੇ ਮੁਤਾਬਕ ਚੱਲੇ ਨੇ। ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਨਾਨਕ ਵਿਚਾਰਧਾਰਾ ਤੋਂ ਵੱਖਰਾ ਹੋਵੇ। ਦੂਜੀ ਫਿਰ ਜੇ ਆਪਾਂ ਗੱਲ ਕਰੀਏ ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਉਹਦੇ 'ਚ ਤਾਂ ਉਹਨਾਂ ਨੇ ਲਕਬ ਹੈ ਜਿਹੜਾ ਸਿੰਘ ਗੁਰੂ ਨਾਨਕ ਸਾਹਿਬ ਨੂੰ ਦਿੱਤਾ, ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲੀ ਭੰਨੀ ਜਾਏ, ਜਾਂ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਤਰੋਆ। ਜੇ ਉਹ ਕਹਿੰਦੇ ਨੇ ਉਹਨਾਂ ਨਾਲ ਸਿੰਘ ਨੀਤੀ ਤਾਂ ਅਸੀਂ ਕਹਿ ਸਕਦੇ ਵੀ ਲੱਗਿਆ ਹੋਇਆ ਜੀ ਸਿੰਘ, ਮਤਲਬ ਗੁਰੂ ਨਾਨਕ ਸਾਹਿਬ ਨੂੰ ਵੀ ਸਿੰਘ ਕਿਹਾ। ਦੂਜਾ, ਉਦੋਂ ਜਿਹੜਾ ਸਾਡੇ 'ਚ ਵਿਤਕਰੇ 'ਤੇ ਬਹੁਤ ਵੱਡੇ ਪੱਧਰ 'ਤੇ ਸਾਡੇ 'ਚ ਪਾਠਕ 'ਤੇ ਚਾਰ ਵੱਡੇ ਵਰਨ, ਉਹ ਤੋਂ ਬਾਅਦ ਉਪਵਰਨਾਂ ਦਾ ਕੋਈ ਅੰਤ ਹੀ ਨਹੀਂ ਛੂਤ ਛਾਤ ਦਾ, ਅਤੇ ਮੇਰੇ ਪਾਤਸ਼ਾਹ ਨੇ ਲਕਬ ਜਿਹੜਾ ਸਿੰਘ ਦਿੱਤਾ ਉਹ ਸਾਰਿਆਂ ਨੂੰ ਬਰਾਬਰਤਾ ਦਿੱਤਾ। ਰਾਜਪੂਤਾਂ ਦਾ ਜਿਹੜਾ ਕਹਿੰਦੇ ਨਾ ਕਿ ਰਾਜਪੂਤਾਂ 'ਚ ਵੀ ਤਾਂ ਇਹ ਚੱਲਦਾ ਜੀ, ਉਹ 'ਚ ਸਿਰਫ ਉੱਚ ਘਰਾਣੇ ਦੇ ਲੋਕ ਲਾ ਸਕਦੇ ਨੇ, ਆਮ ਬੰਦੇ ਨਹੀਂ ਲਾ ਸਕਦੇ। ਉਹਨਾਂ ਦੀ ਕੈਟਾਗਰੀ ਹੈ ਵੀ ਸਿੰਘ ਕਿਹਦੇ ਨਾਲ ਲੱਗੂਗਾ। ਪਰ ਦਸ਼ਮੇਸ਼ ਪਿਤਾ ਨੇ ਇਹ ਨਹੀਂ ਕਿਹਾ ਵੀ ਆਹਾ ਲਾਉਣਗੇ, ਦਸ਼ਮੇਸ਼ ਪਿਤਾ ਨੇ ਕਿਹਾ ਜਿਹੜੀ ਮਰਜ਼ੀ ਵਰਨ, ਜਿਹੜੀ ਮਰਜ਼ੀ ਜਾਤ, ਜਿਹੜੀ ਮਰਜ਼ੀ ਬਰਾਦਰੀ, ਈਵਨ ਕਿ ਦੁਨੀਆਂ ਦੇ ਕੋਨੇ 'ਚੋਂ, ਕਿਉਂਕਿ ਹੁਣ ਤਾਂ ਜਿਹੜੀ ਦੁਨੀਆ ਬਹੁਤ ਛੋਟੀ ਹੋ ਗਈ, ਸੁੰਗੜ ਕੇ ਸਾਡੇ ਨੇੜੇ ਆ ਗਈ ਹੈ ਕਹਿ ਲਓ, ਚਾਹੇ ਉਹ ਅਫਰੀਕੀ ਨੇ, ਚਾਹੇ ਗੋਰੇ ਨੇ, ਚਾਹੇ ਚੀਨੀ ਨੇ, ਚਾਹੇ ਪਾਰਸੀ ਨੇ, ਜਿਹੜੇ ਵੀ ਨੇ ਉਹ ਨਾਮ ਨਾਲ ਸਿੰਘ ਲਾ ਸਕਦੇ ਨੇ, ਕੋਈ ਬੰਦਿਸ਼ ਨਹੀਂ। ਮੇਰੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਆਹ ਬੰਦਾ ਲਾਊਗਾ, ਇਹ ਬਰਾਬਰਤਾ ਦਾ ਸਿਧਾਂਤ ਹੈ। ਇਹਦੇ ਵਿੱਚ ਇੱਕ ਗੱਲ ਹੋਰ ਵੀ ਆ ਜਾਂਦੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਲਾ ਸਕਦਾ, ਪਰ ਗੱਲ ਇੱਥੇ ਸੀ ਕਿ ਪਹਿਲਾਂ ਤਾਂ ਵੀ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਸਿੰਘ ਲਾ ਦਾ। ਹੁਣ ਕਈ ਜਾਟ ਬਰਾਦਰੀਆਂ ਵੀ ਨੇ ਹਰਿਆਣੇ ਦੇ ਵਿੱਚ ਵੀ ਨੇ, ਤੁਸੀਂ ਦੇਖਿਓ ਉਹਨਾਂ ਨਾਲ ਵੀ ਸਿੰਘ ਲੱਗਦਾ। ਹਾਂ, ਇਹ ਗੱਲ ਬੜੀ ਤੁਸੀਂ ਵਧੀਆ ਕੀਤੀ ਹੈ ਜਾਟ ਵਾਲੀ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ, ਅੱਜ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਿਆਣੇ ਦੇ ਵਿੱਚ ਸਿੱਖੀ ਪ੍ਰਤੀ ਇੱਕ ਲਗਾਓ ਵਧਿਆ, ਕੁਛ ਪੜ੍ਹੇ ਲਿਖੇ ਮੁੰਡੇ ਇਸ ਪਾਸੇ ਆਏ ਨੇ, ਉਹਨਾਂ ਨੇ ਹੀ ਬਲਕਿ ਦੱਸਿਆ, ਮੁੰਡਾ ਇਹਦਾ ਨਾਮ ਮੈਂ ਮੈਨਸ਼ਨ ਕਰਨਾ ਚਾਹੂੰਗਾ, ਮਨੋਜ ਸਿੰਘ ਹੈ ਜੀ, ਦੂਧਨ, ਸ਼ਾਇਦ ਮਨੋਜ ਸਿੰਘ ਦੂਧਨ ਕੁਛ ਪਿੱਛੇ ਲਾਉਂਦੇ ਨੇ ਉਹ। ਉਹ ਮੁੰਡਾ ਅੰਮ੍ਰਿਤ ਛੱਕ ਕੇ ਆਇਆ, ਉਹ ਕਹਿੰਦਾ ਮੈਂ ਜਦੋਂ ਇਸ ਚੀਜ਼ ਬਾਰੇ ਪਤਾ ਲੱਗਿਆ ਮੈਨੂੰ ਵੀ ਅਸੀਂ ਸਿੱਖੀ ਬਾਰੇ, ਮੈਂ ਕਹਿੰਦਾ ਆਪਣੇ ਬੈਕਗਰਾਊਂਡ ਕਢਾਉਣੀ ਸ਼ੁਰੂ ਕੀਤੀ, ਦੋ ਤਿੰਨ ਬੈਕ ਆਪਣਾ ਜਿਹੜੀਆਂ ਹੁੰਦੀ ਹੈ ਖਾਨਦਾਨੀ ਜਿਹੜੀ ਹੁੰਦੀ ਹੈ ਨਾ, ਉਹ ਖਾਨਦਾਨ ਦੇ ਜਦੋਂ ਦੋ ਚਾਰ ਪੀੜ੍ਹੀਆਂ ਪਿੱਛੇ ਨੂੰ ਗਿਆ, ਸਾਰੇ ਸਿੰਘ ਤੁਰੇ ਆ ਰਹੇ ਤੇ। ਇੱਟ ਮੀਨ ਜੱਟ ਔਰ ਜਾਟ ਕੋਈ ਅੱਡ ਅੱਡ ਨਹੀਂ, ਪਹਿਲੀ ਗੱਲ ਤਾਂ ਮੇਨ ਗੱਲ ਇਹ ਨਹੀਂ ਕਿ ਜੱਟ ਔਰ ਜਾਟ, ਜਾਤ ਆਪਣੇ 'ਚ ਭਾਵੇਂ ਹੈ ਨਹੀਂ, ਚਲੋ ਕਿਸੇ ਨੂੰ ਯਾਦ ਕਰਨ ਦੇ ਲਈ ਜਾਂ ਉਸ ਚੀਜ਼ ਦਾ ਸਮਝਣ ਸਮਝਾਉਣ ਲਈ ਆਪਾਂ ਲਫ਼ਜ਼ ਵਰਤ ਲੈਂਦੇ ਹਾਂ, ਕਿਉਂਕਿ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਇੱਕੋ ਬਣਾਏ। ਸੋ ਉਹ ਵੀ ਸਾਡੀ ਬੈਕਗਰਾਊਂਡ, ਜਦੋਂ ਇਹਨਾਂ ਦੀ ਦੇਖਦੇ ਹਾਂ ਬੈਕਗਰਾਊਂਡ ਕਿਤੇ ਨਾ ਕਿਤੇ ਸਿੱਖੀ ਨਾਲ ਜੁੜਦੀ ਹੈ।
ਸੋ ਉਹ ਕੋਈ ਵੱਖਰ ਹੀ ਨਹੀਂ ਹੈਗੇ ਸਾਡੇ ਤੋਂ। ਇਹ ਸਾਨੂੰ ਪਾੜਨ ਦੇ ਲਈ, ਜਦੋਂ ਹਰਿਆਣਾ ਪੰਜਾਬ ਬਣਾਇਆ, ਸਾਨੂੰ ਪਾੜਨ ਦੇ ਲਈ, ਲੜਾਉਣ ਦੇ ਲਈ ਇਹ ਚੀਜ਼ਾਂ ਸਰਕਾਰ ਵੱਲੋਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ, ਹੁੰਦੀਆਂ ਨੇ। ਨਹੀਂ, ਮੇਰਾ ਸਵਾਲ ਇਹ ਸੀਗਾ ਕਿ ਨਾਲ ਵੀ ਜਿਹੜਾ ਤੁਸੀਂ ਕਿਹਾ ਕਿ ਬਰਾਬਰੀ ਦਾ, ਇਹਦੇ ਵਿੱਚ ਇਹ ਤਾਂ ਨਹੀਂ ਜ਼ਰੂਰੀ ਕਿ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਹੀ ਸਿੰਘ ਲਾ ਸਕਦਾ, ਜਾਂ ਪਹਿਲਾਂ ਜੇ ਲਾਉਣਾ ਹੈਗਾ ਤਾਂ ਉਹ ਵਿਵਾਦ ਫਿਰ ਕੋਈ ਖੜਾ ਹੋ ਜਾਏ ਇੱਦਾਂ ਵੀ ਤੂੰ ਸਿੰਘ ਨਹੀਂ ਹੈਗਾ, ਤਾਂ ਸਿੰਘ ਤਾਂ ਉਹ ਹੁੰਦੇ ਨੇ, ਜਾਂ ਜਿਹੜਾ ਅੰਮ੍ਰਿਤਧਾਰੀ ਕੋਈ ਬੰਦਾ ਹੈਗਾ ਜਦੋਂ ਉਹ ਆਪਣੇ ਨਾਲ ਨਾਲ ਸਿੰਘ ਲਾਉਂਦਾ ਤਾਂ ਉਹਦਾ ਮਤਲਬ ਉਹ ਸਿੰਘ ਦਾ ਕੁਛ ਹੋਰ ਹੁੰਦਾ, ਤਾਂ ਜੇ ਜਿਹੜਾ ਕੋਈ ਸਹਿਜਧਾਰੀ ਹੈ ਜਾਂ ਜਿਹਦੇ ਕੋਈ ਨਹੀਂ ਅੰਮ੍ਰਿਤ ਛਕਿਆ ਜਾਂ ਵਾਲ ਕੱਟੇ ਨੇ ਜਾਂ ਕੇਸ ਨਹੀਂ ਰੱਖੇ ਹੋਏ, ਤਾਂ ਉਦੋਂ ਜਦੋਂ ਆਪਣੇ ਨਾਲ ਸਿੰਘ ਲਾਉਂਦਾ ਤਾਂ ਉਹਦਾ ਮਤਲਬ ਕੁਛ ਹੋਰ ਹੁੰਦਾ, ਇੱਦਾਂ ਦਾ ਵੀ ਕੁਛ ਨਹੀਂ। ਦੇਖੋ ਮੇਨ ਗੱਲ ਤਾਂ ਇਹ ਹੈ ਵੀ ਜਦੋਂ ਕੋਈ ਇੱਕ ਪਰੰਪਰਾ ਵੱਡੇ ਪੱਧਰ 'ਤੇ ਫੈਲ ਜਾਂਦੀ ਹੈ, ਫਿਰ ਉਹ ਇੱਕ ਲਹਿਰ ਚੱਲ ਪਾਉਂਦੀ ਹੁੰਦੀ ਹੈ, ਉਹਦੇ ਵਿੱਚ ਬੜਾ ਕੁਛ ਚੰਗਾ ਅਤੇ ਮਾੜਾ ਦੋਨੋਂ ਚੀਜ਼ਾਂ ਆਉਂਦੀਆਂ ਨੇ। ਜਿਹੜਾ ਸਾਡਾ ਕੌਮੀਅਤ ਹੈ, ਗੁਰੂ ਪਾਤਸ਼ਾਹ ਦਾ ਸਿਧਾਂਤ ਹੈ ਕਿ ਹਰ ਮੇਰਾ ਬੱਚਾ ਨਾਨਕ ਨਾਮ ਲੇਵਾ, ਆਪਦੇ ਨਾਮ ਨਾਲ ਅੱਜ ਤੋਂ ਬਾਅਦ ਸਿੰਘ ਲਾਊਗਾ। ਜਦੋਂ ਅਸੀਂ ਗੁਰੂ ਦੇ ਬੱਚੇ ਹਾਂ, ਠੀਕ ਹੈ ਕਈ ਭੁੱਲੇ ਭਟਕੇ ਹੁੰਦੇ ਨੇ ਸਾਡੇ ਵਰਗੇ, ਅਤੇ ਕਈ ਉਹਨਾਂ ਦੇ ਦਰ 'ਤੇ ਲੱਗੇ ਹੁੰਦੇ ਨੇ, ਗੁਰੂ ਲਈ ਸਾਰੇ ਬੱਚੇ ਨੇ, ਉਹਨਾਂ ਲਈ ਕੋਈ ਬਗਾਨਾ ਨਹੀਂ, ਅਤੇ ਇਸ ਲਈ ਉਹਨਾਂ ਨੇ ਸਭ ਨੂੰ ਦਿੱਤਾ। ਔਰ ਦੂਜੀ ਗੱਲ, ਜਿਹੜਾ ਲਕਬ ਸਿੰਘ ਆਪਾਂ ਗੱਲ ਕਰਦੇ ਹਾਂ, ਕਈ ਕਹਿੰਦੇ ਨੇ ਸਿੰਘ ਦਾ ਮਤਲਬ ਸ਼ੇਰ, ਨਹੀਂ, ਇੱਥੇ ਇਹਦੇ ਅਰਥ ਨੇ ਜਿਹੜੇ ਬੜੇ ਵੱਡੇ ਨੇ, ਜਿਨ੍ਹਾਂ ਨੂੰ ਅਸੀਂ ਸਮਝਣ ਤੋਂ ਹਾਲੇ ਤੱਕ ਕੁਤਾਹੀ ਕਰ ਰਹੇ ਹਾਂ। ਸਿੰਘ ਦਾ ਮਤਲਬ ਹੈ ਬਾਦਸ਼ਾਹ, ਜੀ, ਜੰਗਲ ਦਾ ਬਾਦਸ਼ਾਹ, ਸ਼ੇਰ ਇਕੱਲਾ ਤਾਕਤ ਦਾ ਨਹੀਂ, ਉਹ ਬਾਦਸ਼ਾਹ ਹੈ, ਸਾਨੂੰ ਬਾਦਸ਼ਾਹ ਬਣਾਇਆ, ਉਹਨਾਂ ਨੇ ਸ਼ੇਰ ਨਹੀਂ ਇਕੱਲੇ ਬਣਾਇਆ, ਬਾਦਸ਼ਾਹ ਵੀ ਉਹ ਜਿਹੜਾ ਬਹਾਦਰ ਹੈ। ਹੁਣ ਆਪਾਂ ਇੱਕ ਗੱਲ ਦੇਖੀਏ, ਕਿਉਂਕਿ ਕਈ ਵਾਰੀ ਨਾ ਕੁਛ ਚੀਜ਼ਾਂ ਸਮੇਂ ਨਾਲ ਤੁਹਾਨੂੰ ਸਮਝ ਪੈਂਦੀਆਂ ਨੇ ਕਿ ਨਿਹੰਗ ਸਿੰਘ ਨੇ ਉਹ ਕਹਿੰਦੇ ਨੇ ਰਾਜ ਕਿਸੇ ਦਾ ਹੋਵੇ ਜੀ, ਅਸੀਂ ਤਾਂ ਬਾਦਸ਼ਾਹ, ਪਹਿਲਾਂ ਕਈ ਵਾਰ ਇਹ ਲੱਗਦੀ ਹੁੰਦੀ ਸੀ ਗੱਲ ਵੀ ਯਾਰ ਇਹ ਐਵੇਂ ਕਰੀ ਜਾਂਦੇ ਨੇ। ਹੁਣ ਜੰਗਲ ਦੀ ਆਪਾਂ ਜਦੋਂ ਐਗਜ਼ਾਮਪਲ ਦਿੱਤੀ ਹੈ, ਉੱਥੇ ਹਾਥੀ ਬੜਾ ਤਾਕਤਵਰ ਹੈ, ਬਿਲਕੁਲ, ਪਰ ਉਹ ਬਾਦਸ਼ਾਹ ਨਹੀਂ ਹੈਗਾ। ਗੈਂਡਾ ਬੜਾ ਤਾਕਤਵਰ ਹੈ, ਪਰ ਉਹ ਰਾਜਾ ਨਹੀਂ ਜੰਗਲ ਦਾ। ਸਾਨ ਝੋਟੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਬੜੇ ਤਾਕਤਵਰ ਨੇ, ਆਪਾਂ ਆਮ ਵੀ ਵਰਦੇ ਹਾਂ ਵੀ ਬੰਦਾ ਝੋਟਾ, ਝੋਟੇ ਦਾ ਮਤਲਬ ਹੈ ਜਿਹਦੀ ਤਾਕਤ ਦਾ ਅੰਦਾਜ਼ਾ ਨਹੀਂ, ਪਰ ਉਹ ਵੀ ਬਾਦਸ਼ਾਹ ਨਹੀਂ। ਸ਼ੇਰ ਬਾਦਸ਼ਾਹ ਕਿਉਂ ਹੈ? ਕਿਉਂਕਿ ਉਹ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ, ਮੈਂ ਰਾਜਾ। ਨਿਹੰਗ ਸਿੰਘ ਜਾਂ ਗੁਰੂ ਕੇ ਲਾਡਲੀਆਂ ਫੌਜਾਂ ਜਾਂ ਜਿਹੜੇ ਪੁਰਾਤਨ ਸਿੰਘਾਂ ਨੂੰ ਅਸੀਂ ਦੇਖਦੇ ਹਾਂ, ਉਹ ਸਮਝਦੇ ਸੀ ਕਿ ਅਸੀਂ ਬਾਦਸ਼ਾਹ ਹਾਂ, ਭਾਵੇਂ ਫਕੀਰਾਂ ਵਾਂਗੂ ਰਹਿੰਦੇ ਨੇ, ਪਰ ਅੰਦਰ ਬਾਦਸ਼ਾਹੀ ਸੀ। ਆਹੀ ਤਾਂ ਗੁਰੂ ਪਾਤਸ਼ਾਹ ਨੇ ਭਰਿਆ ਸਾਡੇ ਅੰਦਰ। ਅਤੇ ਹੁਣ ਜਿਹੜਾ ਵਿਵਾਦ ਦੀ ਗੱਲ ਕਰ ਲਿਆ ਆਪਾਂ, ਵਿਵਾਦ ਚੱਲੇ ਆ ਰਿਹਾ, ਉਹ ਇਹੀ ਹੈ ਕਿ ਸਿੰਘ ਸ਼ਬਦ ਹੈ ਜਾਂ ਉਹ ਸ਼ੇਰ ਤੋਂ ਲਿਆ ਗਿਆ, ਸ਼ੇਰ ਤਾਂ ਇੱਕ ਜਾਨਵਰ ਹੈ, ਅਤੇ ਜਾਨਵਰ ਦੇ ਵਿੱਚ ਵੀ ਬਹੁਤ ਸਾਰੀਆਂ ਉਣਤਾਈਆਂ ਨੇ, ਜਿੱਦਾਂ ਕਈ ਜਿਹੜੇ ਵਿਦਵਾਨ ਹੈਗੇ ਨੇ ਉਹ ਬੋਲ ਵੀ ਦੱਸ ਵੀ ਰਹੇ ਨੇ ਕਿ ਇਕੱਲਾ ਇਹ ਲਫ਼ਜ਼ ਜਾਨਵਰ ਦਾ ਨਹੀਂ ਹੈਗਾ ਜਾਂ ਜਾਨਵਰ ਵੱਲੋਂ ਨਹੀਂ ਲਿਆ ਗਿਆ, ਤਾਂ ਉਹਦੀਆਂ ਕਤਾਹੀਆਂ ਵੀ ਹੈਗੀਆਂ ਨੇ ਜਾਂ ਉਹਦੀਆਂ ਔਗਣ ਵੀ ਹੈਗੇ ਨੇ ਉਹਦੇ ਵਿੱਚ, ਜਾਂ ਜ਼ਿੰਮੇਵਾਰੀਆਂ ਵੀ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਭੱਜਦਾ ਕਿਤੇ ਨਾ ਕਿਤੇ ਸ਼ੇਰ ਜਿਹੜਾ ਹੁੰਦਾ। ਤਾਂ ਉਹਦੇ ਵਿੱਚ ਹੁਣ ਵਿਵਾਦ ਤੋਂ ਬਾਅਦ ਜਿਹੜਾ ਤੁਸੀਂ ਆਪਣਾ ਪੱਖ ਰੱਖਣਾ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਇਸ ਸ਼ਬਦ ਨੂੰ ਲਿਆ ਜਾਵੇ, ਅਤੇ ਜਿਹੜੇ ਵਿਵਾਦ ਨੇ ਉਹਨਾਂ ਨੂੰ ਕਿਵੇਂ ਆਪਾਂ ਠੱਲ ਪਾ ਸਕਦੇ ਹਾਂ? ਇਹ ਨਾ ਦੇਖੋ, ਜਿਹੜੇ ਬੰਦਿਆਂ ਨੇ ਤਾਂ ਸਹੁੰ ਖਾਧੀ ਹੁੰਦੀ ਹੈ ਕਿ ਸਿੱਖ ਧਰਮ ਦੇ ਖਿਲਾਫ਼ ਭੁਗਤਣਾ ਹੈ, ਅਸੀਂ ਇਹਦੇ ਵਿੱਚ ਵਿਵਾਦ ਖੜ੍ਹੇ ਕਰਨੇ ਨੇ, ਤੁਸੀਂ ਲੱਖ ਇਗਜ਼ਾਮਪਲਾਂ ਦੇਈ ਜੋ, ਤਾਂ ਉਹੀ ਗੱਲ ਹੈ ਨਾ ਵੀ ਤੇਰੀ ਤਾਂ ਖਾਂਦੇ ਦੀ ਦਾੜੀ ਹਿਲਦੀ ਹੈ, ਉਹਨੂੰ ਤੁਸੀਂ ਕੁਛ ਨਹੀਂ ਹੱਲ ਕਰ ਸਕਦੇ। ਹੁਣ ਜੇ ਆਪਾਂ ਗੱਲ ਕਰੀਏ ਵੀ ਜਾਨਵਰਾਂ 'ਚ ਊਣਤਾਈਆਂ ਹੁੰਦੀਆਂ ਨੇ, ਤਾਂ ਆਪਾਂ ਇਹ ਗੱਲ ਦੇਖ ਸਕਦੇ ਹਾਂ, ਗੁਰਬਾਣੀ 'ਚ ਤਾਂ ਇਹ ਵੀ ਲਿਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਤਾਂ ਬੰਦੇ ਨੂੰ ਵੀ ਕਿਹਾ ਵੀ ਤੂੰ ਤਾਂ ਬੰਦਾ ਬਣ ਯਾਰ, ਅਤੇ ਕਰਤੂਤਾਂ ਪਸ਼ੂ ਵਾਲੀਆਂ ਕਰਦਾ, ਪਰ ਹੈਗੀ ਤੇਰੀ ਜਾਤ ਮਾਨਸ ਦੀ ਹੈ। ਉਹ ਫਿਰ ਕੀ ਆਪਾਂ ਬੰਦੇ ਬੰਦਾ ਕਹਾਣਾ ਛੱਡ ਦਈਏ? ਸਾਨੂੰ ਗੁਰੂ ਨੇ ਲਕਬ ਦਿੱਤਾ ਹੈ, ਨਾ ਕਿ ਇਹ ਕਿਹਾ ਕਿ ਤੁਸੀਂ ਅੱਜ ਤੋਂ ਜੰਗਲ ਦੇ ਵਿੱਚ ਜਾਓ ਜਾਂ ਉੱਦਾਂ ਦਾ ਰਹੋ। ਸਮਾਂ ਆਇਆ ਜੰਗਲਾਂ 'ਚ ਵੀ ਰਹੇ ਹਾਂ, ਰਹੇ ਕਿਵੇਂ ਆ? ਸ਼ੇਰ ਵਾਂਗੂ, ਬਹਾਦਰੀ ਨਾਲ, ਬਿਨਾਂ ਝੁਕੇ, ਬਿਨਾਂ ਡਰੇ, ਬਿਨਾਂ ਘਬਰਾਏ। ਇਹ ਸਾਡੀ ਬਾਦਸ਼ਾਹੀ ਦਾ ਪ੍ਰਤੀਕ ਹੈ, ਸਾਨੂੰ ਗੁਰੂ ਪਾਤਸ਼ਾਹ ਨੇ ਬਾਦਸ਼ਾਹ ਬਣਾਇਆ। ਹੁਣ ਕੌਰ ਪਿੱਛੇ ਵੀ ਇੱਕ ਪਿੱਛੇ ਜੇ ਆਇਆ ਸੀ, ਕਿਉਂਕਿ ਮਰਦਾਂ ਨਾਲ ਸਿੰਘ ਲਾਇਆ, ਬੀਬੀਆਂ ਨਾਲ ਕੌਰ ਲਾਇਆ। ਸਾਡੇ ਇੱਕ ਬੜੀ ਆਮ ਇਹ ਬਣੀ ਹੋਈ ਹੈ ਗੱਲ ਵੀ ਜਦੋਂ ਮਾੜਾ ਜਾਂ ਕੋਈ ਨਵੀਂ ਅਸੀਂ ਚੀਜ਼ ਦੇਖਦੇ ਹਾਂ, ਕੋਈ ਪੋਸਟ ਪਾ ਦੇਵੇ ਨਾ, ਬਿਨਾਂ ਪੜਤਾਲ ਕਰੇ, ਬਿਨਾਂ ਸੋਚੇ ਸਮਝੇ, ਬਿਨਾਂ ਉਹਦੀ ਘੋ ਕੀਤੇ ਉਹਨੂੰ ਦੜਾ ਦੜ ਸ਼ੇਅਰ ਕਰ ਦਿੰਦੇ ਹਾਂ। ਕੌਰ ਦੇ ਪਿੱਛੇ ਵੀ ਪਾਤਾ ਵੀ ਕੌਰ ਦਾ ਮਤਲਬ ਹੈ ਜੀ ਵੀ ਇੱਕ ਉਹ ਪੰਛੀ ਜਿਹੜਾ ਸ਼ੇਰ ਦੇ ਮੂੰਹ 'ਚ ਬਹਿ ਕੇ ਉਹਦਾ ਮਾਸ ਜਾੜਾਂ 'ਚੋਂ ਮਾਸ ਕੱਢਦਾ, ਉਹਨੂੰ ਪੰਛੀ ਕਹਿੰਦੇ ਨੇ, ਉਹ ਪੰਛੀ ਨੂੰ ਕੌਰ ਕਹਿੰਦੇ ਨੇ, ਬੜਾ ਦਲੇਰ ਹੈ। ਸੋ ਇਹੋ ਜਿਹਾ ਕੁਛ ਨਹੀਂ, ਕੌਰ ਦਾ ਮਤਲਬ ਹੈ ਸਾਹਿਬਜ਼ਾਦਾ, ਕਿਉਂਕਿ ਬਾਦਸ਼ਾਹ ਸਾਹਿਬਜ਼ਾਦਾ, ਸਾਹਿਬਜ਼ਾਦੇ ਤੋਂ ਹੀ ਬਾਦਸ਼ਾਹ ਬਣਦਾ, ਠੀਕ ਹੈ ਨਾ? ਜਿਹੜੇ ਇੱਕ ਇੱਕ ਰਾਜਾ ਬਣਦਾ ਹੁੰਦਾ ਜਦੋਂ ਆਪਾਂ ਰਾਜੇ ਮਹਾਰਾਜਿਆਂ ਦਾ ਖਾਨਦਾਨ ਪੜ੍ਹਦੇ ਹਾਂ, ਬਾਕੀਆਂ ਨੂੰ ਕੌਰ ਸਾਹਿਬ ਕਿਹਾ ਜਾਂਦਾ। ਤੋ ਮੇਰੇ ਪਾਤਸ਼ਾਹ ਨੇ ਬੀਬੀਆਂ ਨੂੰ ਪੱਕੇ ਤੌਰ 'ਤੇ ਲਕਬ ਦਿੱਤਾ ਕੌਰ,
ਤੇ ਉਹ ਇਹ ਨਹੀਂ ਹੈਗਾ ਕਿ ਜੇ ਕੱਲ ਨੂੰ ਉਹ ਅੱਗੇ ਵੀ ਵੱਧ ਸਕਦੇ ਨੇ ਬਾਦਸ਼ਾਹ ਵੀ ਬਣ ਸਕਦੀਆਂ ਨੇ। ਬਾਕੀ ਸਾਰਾ ਸਾਨੂੰ ਇਸ ਢੰਗ ਨਾਲ ਵੱਡੇ ਲਕਬ ਦਿੱਤੇ ਗਏ ਨੇ, ਬਰਾਬਰਤਾ ਦਾ, ਤਾਕਤਵਰ ਦਾ। ਇਹਦੇ ਵਿੱਚ ਜਾਨਵਰ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਆਉਂਦੀ। ਇਹ ਅਸਲ ਦੇ ਵਿੱਚ ਹੀਣਤਾ ਦੀ ਭਾਵਨਾ ਜਿਹੜੇ ਲੋਕ ਚੱਲੇ ਹੋਏ ਨੇ, ਪਰਸਨਲੀ ਤੌਰ 'ਤੇ ਉਹ ਲੋਕ ਮੈਂਟਲੀ ਡਿਸਟਰਬ ਨੇ, ਗੁਰੂ ਤੋਂ, ਗੁਰਬਾਣੀ ਤੋਂ ਅਤੇ ਗੁਰੂ ਇਤਿਹਾਸ ਤੋਂ ਬਿਲਕੁਲ ਕੋਰੇ ਨੇ। ਗੁਰੂ ਦੇ ਦਰ 'ਤੇ, ਗੁਰੂ ਦੀ ਭੈ ਭਾਵਨੀ ਉਹਨਾਂ ਦੇ ਅੰਦਰ ਬਿਲਕੁਲ ਨਹੀਂ। ਕਿਸੇ ਕਿਸਮ ਦੀ ਸ਼ਰਧਾ ਔਰ ਸਤਿਕਾਰ ਔਰ ਗੁਰੂ ਵਾਲਾ ਭਰੋਸਾ ਉਹ ਹੈ ਹੀ ਨਹੀਂ ਉਹਨਾਂ ਦੇ ਅੰਦਰ। ਕਿਉਂਕਿ ਸਿੱਖ ਹੋ ਕੇ ਇਹੋ ਜਿਹੇ ਨੁਕਤਿਆਂ 'ਤੇ ਬੰਦਾ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਮੈਂ ਤਾਂ ਇੱਕ ਗੱਲ ਹੋਰ ਵੀ ਕਹਿਣਾ, ਜੇ ਗੁਰੂ ਪਾਤਸ਼ਾਹ ਨੇ ਸਾਡੇ ਨਾਮ ਨਾਲ ਕੁੱਤਾ ਵੀ ਲਾਇਆ ਹੁੰਦਾ, ਅਸੀਂ ਸਿਰ ਝੁਕਾ ਕੇ ਉਹ ਵੀ ਲਵਾਉਂਦੇ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਲਕਬ ਦਿੱਤਾ ਹੈ। ਸ਼ੇਰ ਤਾਂ ਹੈ ਹੀ ਬਹੁਤ ਵੱਡਾ। ਆਪ ਟਕੇ ਟਕੇ ਦੇ ਸਾਧ ਆਪਦੇ ਕਿਸੇ ਨੂੰ ਭੰਗੀ ਕਹਿ ਦਿੰਦੇ ਨੇ, ਕਿਸੇ ਨੂੰ ਕੁਛ ਕਹਿ ਦਿੰਦੇ ਨੇ, ਉਹ ਸਤਿਕਾਰ ਨਾਲ ਲਾਉਂਦੇ ਨੇ। ਲੋਕ ਅੱਜ ਦੇ ਆਮ ਕਲਾਕਾਰ ਜਿਹੜੇ ਫਿਲਮਾਂ 'ਚ ਕੰਮ ਕਰਦੇ ਨੇ, ਉਹ ਕਦੇ ਐਡੇ ਐਡੇ ਵਾਲ ਰੱਖ ਲੈਂਦੇ ਨੇ, ਉਹਨਾਂ ਨੂੰ ਚਾਹੁਣ ਵਾਲੇ ਵਾਲ ਰੱਖ ਲੈਂਦੇ ਨੇ, ਕਦੇ ਕੱਪੜਿਆਂ ਦਾ ਡਿਜ਼ਾਇਨ ਉਹਨਾਂ ਵਾਲਾ ਪਾ ਲੈਂਦੇ ਨੇ, ਕਦੇ ਦਾੜੀ ਮੁੱਛਾਂ ਦਾ ਸਟਾਈਲ ਉਹਨਾਂ ਵਾਲਾ। ਸਾਡੇ ਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਾਨੂੰ ਕਿਉਂ ਭੈੜਾ ਲੱਗਦਾ ਬਈ? ਕੀ ਬਿਨਾਂ ਸੋਚੇ ਸਮਝੇ ਗੁਰੂ ਨੇ ਕਰ ਲਿਆ? 243 ਸਾਲ ਦਾ ਸਫ਼ਰ ਹੈ ਜਿਹੜਾ, ਇੱਕ ਇੱਕ ਗੱਲ ਗੁਰੂ ਨਾਨਕ ਸਾਹਿਬ ਨੇ ਕਹਿ ਲਓ ਕਿ ਬਲੂ ਪ੍ਰਿੰਟ ਤਿਆਰ ਕਰਕੇ ਦਿੱਤਾ ਹੈ, ਜਿਹੜਾ ਅੱਗੇ ਤੁਰਦਾ ਰਿਹਾ। ਬਾਣੀ ਗੁਰੂ ਪਾਤਸ਼ਾਹ ਨੇ ਖੁਦ ਇਕੱਤਰਿਤ ਕੀਤੀ, ਸਾਰਾ ਕੁਛ ਗੁਰੂ ਅੰਗਦ ਸਾਹਿਬ ਨੂੰ ਦਿੱਤਾ, ਅਗਲੀ ਪਲੈਨਿੰਗ ਦੇ ਕੇ ਗਏ ਨੇ। ਉਹ ਪਲੈਨਿੰਗ ਦੇ ਤਹਿਤ ਸਾਰਾ ਕੁਛ ਹੋ ਰਿਹਾ। ਨਵਾਂ ਅਤੇ ਗਲਤ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਗੁਰੂ ਪਾਤਸ਼ਾਹ ਨੂੰ ਦਸ਼ਮੇਸ਼ ਪਿਤਾ ਤੋਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ 'ਤੇ ਪੂਰਨ ਭਰੋਸਾ ਰੱਖਦਾ, ਉਹ ਬੰਦਾ ਇਹੋ ਜਿਹੀਆਂ ਗੱਲਾਂ ਕਰ ਨਹੀਂ ਸਕਦਾ। ਇਹ ਬੰਦੇ ਆਪਾਂ ਸਮਝ ਸਕਦੇ ਹਾਂ, ਮੈਂ ਪਰਸਨਲੀ ਵੀ ਜਾਣਦਾ, ਮਾਨਸਿਕ ਤੌਰ 'ਤੇ ਸੰਤੁਲਨ ਗਵਾਇਆ ਹੋਇਆ ਨਾ ਲੋਕਾਂ ਨੇ, ਜਿਹੜੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਜਾਂਦੇ ਜਾਂਦੇ ਇੱਕ ਸਵਾਲ ਹੋਰ ਕਰ ਲੈਣਾ ਚਾਹੁੰਦਾ ਮੈਂ, ਜਿਹੜਾ ਸਿੰਘ ਸ਼ਬਦ ਹੈਗਾ, ਇਹ ਸਿੰਘ ਸ਼ਬਦ ਜਦੋਂ ਆਪਾਂ ਕਹਿ ਲਓ ਕਿ ਲਕਬ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸਾਨੂੰ, ਬਖਸ਼ਿਆ ਕਹਿ ਲਓ, ਉਸ ਤੋਂ ਪਹਿਲਾਂ ਵੀ ਕੁਛ ਇਸ ਤਰ੍ਹਾਂ ਦੀ ਕੋਈ ਕੌਮ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਖਿੱਤਾ, ਖੇਤਰ ਜਾਂ ਕੋਈ ਇੱਦਾਂ ਦਾ ਆਪਾਂ ਕਹਿ ਲਓ ਕਿ ਜਾਤ ਜਾਂ ਇੱਦਾਂ ਦੇ ਕੋਈ ਹੋਰ ਕਮਿਊਨਿਟੀ ਕਹਿ ਲਓ ਹੈਗੀ ਸੀ ਜਿਹੜੀ ਇਸ ਸ਼ਬਦ ਨੂੰ ਵਰਤਦੀ ਸੀ ਜਾਂ ਰਾਜਪੂਤਾਂ ਦੇ ਵਿੱਚ ਵਰਤਿਆ ਜਾਂਦਾ ਸੀ ਪਹਿਲਾਂ ਤੋਂ ਚੱਲਿਆ ਰਿਹਾ ਸੀ ਪੁਰਾਣੇ ਵੇਲੇ ਤੋਂ। ਜਿਵੇਂ ਮਾਨ ਸਿੰਘ ਰਾਜਪੂਤ ਆਪਾਂ ਪੜ੍ਹਦੇ ਹਾਂ, ਹੈ ਨਾ, ਉਹ ਪੁਰਾਣੇ ਵੇਲੇ ਤੁਹਾਨੂੰ ਦੱਸਿਆ ਵੀ ਉਹ ਇੱਕ ਖਾਸ ਰੁਤਬੇ ਵਾਲੇ ਔਰ ਖਾਸ ਪੁਜੀਸ਼ਨ ਵਾਲੇ ਲੋਕ, ਮਤਲਬ ਐਂ ਕਹਿ ਲਓ ਕਿ ਜਿੱਦਾਂ ਪਹਿਲਾਂ ਮਹਾਰਾਜੇ ਹੁੰਦੇ ਸੀ ਆਪਣੇ ਨਾਲ, ਕਿਉਂ ਮਹਾਰਾਜਾ ਕਹਾਉਣਾ ਵੀ ਹਰ ਇੱਕ ਕਹਾਣੀ ਨਹੀਂ ਸਕਦਾ, ਨਹੀਂ ਕਹਾ ਸਕਦਾ ਸੀ। ਉਸੇ ਤਰ੍ਹਾਂ ਇਹ ਸਿੰਘ ਵੀ ਕੁਛ ਖਾਸ ਅਮੀਰਾਂ ਦੀ ਕੈਟਾਗਰੀ ਜਾਂ ਜਿਹੜੇ ਰਾਜ ਕਰਦੇ ਸੀ ਜਾਂ ਸੱਤਾ 'ਚ ਜਾਂ ਪਾਵਰ 'ਚ ਕਹਿ ਲਓ ਹੁੰਦੇ ਹੋਣਗੇ, ਉਹ ਵਰਤਦੇ ਸੀ। ਇਸੇ ਤਰ੍ਹਾਂ ਸਰਦਾਰ ਹੈ, ਵੱਡੇ ਸਰਦਾਰ ਘਰਾਣਿਆਂ ਦੇ ਲੋਕ ਇਹ ਲਾ ਸਕਦੇ, ਅਤੇ ਆਮ ਬੰਦੇ ਨੂੰ ਤਾਂ ਅੱਜ ਵੀ ਦੇਖ ਲਓ, ਕਈ ਥਾਵਾਂ 'ਤੇ ਗਰੀਬ ਬੰਦੇ ਨੂੰ ਸਰਦਾਰ ਨਹੀਂ ਕਿਹਾ ਜਾਂਦਾ, ਅਮੀਰ ਨੂੰ ਸਰਦਾਰ ਜੀ ਕਿਹਾ ਜਾਂਦਾ। ਉਹ ਗੁਰੂ ਪਾਤਸ਼ਾਹ ਨੇ ਕਿਹਾ ਸਾਰੇ ਤੁਸੀਂ ਮੇਰੇ ਸਰਦਾਰ ਹੋ, ਤੁਹਾਡੇ ਨਾਮ ਦੇ ਨਾਲ ਅਗੇਤਰ ਹੈ ਜਿਹੜਾ ਹਮੇਸ਼ਾ ਸਰਦਾਰ ਲੱਗੂ, ਪਿੱਛੇ ਸਿੰਘ ਲਾਉਣਾ, ਵਾਸੀ ਅਨੰਦਪੁਰ ਦੇ ਹੋ ਅਤੇ ਜਾਤ ਗੋਤ ਤੁਹਾਡੀ ਸਿੱਖ ਹੈ। ਇਸ ਲਈ ਉਹਨਾਂ ਨੇ ਸਭ ਨੂੰ ਇੱਕ ਥਾਂ 'ਤੇ, ਇੱਕ ਪਲੇਟਫਾਰਮ 'ਤੇ ਇਕੱਠਿਆ ਕੀਤਾ। ਜਿਹੜਾ ਨਿਚੋੜ ਹੁਣ ਨਿਕਲਦਾ ਆ ਰਿਹਾ, ਨਜ਼ਰ ਆ ਰਿਹਾ ਗੱਲਬਾਤ ਤੋਂ, ਉਹਦੇ ਵਿੱਚ ਇਹੀ ਹੈ ਕਿ ਜਿਹੜਾ ਇਹ ਲਕਬ ਹੈਗਾ, ਇਹ ਬਾਦਸ਼ਾਹੀ ਜਾਂ ਬਰਾਬਰਤਾ ਦਾ ਕਹਿ ਲਓ, ਇਹਦੇ 'ਚ ਮੇਰੀ ਗਰੀਬੀ ਦਾ ਪਾੜਾ ਜਿਹੜਾ ਖਤਮ ਕਰਿਆ ਗਿਆ, ਇਹਨੂੰ ਤੁਸੀਂ ਜਾਨਵਰ ਨਾਲ ਤੁਲਨਾ ਦੇ ਕੇ, ਇਕੱਲਾ ਕਿ ਉਹ ਜਾਨਵਰ, ਜੇ ਕੋਈ ਕਹਿੰਦਾ ਕਿ ਹਾਂ ਅਸੀਂ ਸ਼ੇਰ ਜਾਨਵਰ ਹਾਂ, ਉਹਦੇ ਨਾਲ ਜੋੜ ਕੇ ਨਾ ਹੀ ਦੇਖਿਆ ਜਾਵੇ ਤਾਂ ਵਿਵਾਦ ਬਿਲਕੁਲ ਨਜ਼ਰ ਆਉਂਦਾ ਬਿਲਕੁਲ। ਤੋ ਇੱਕ ਨਵਾਂ ਜਿਹੜਾ ਟ੍ਰੈਂਡ ਹੋਰ ਸ਼ੁਰੂ ਹੁੰਦਾ ਹੁਣ ਨਾਲ ਨਾਲ, ਇਹ ਵੀ ਹੁੰਦਾ ਨਾ ਜਿਵੇਂ ਸਿੰਘ ਸ਼ਬਦ ਹੁਣ ਹਟਾਉਣਾ ਹੀ ਲੱਗ ਗਏ ਲੋਕ, ਹਟਾਉਣ ਲੱਗ ਗਏ, ਖਾਸ ਕਰ ਜਿਵੇਂ ਕਲਾਕਾਰਾਂ ਦੀ ਤੁਸੀਂ ਗੱਲ ਕੀਤੀ ਆ, ਤਾਂ ਉਹ ਜਿਹੜਾ ਇਹ ਟ੍ਰੈਂਡ ਸ਼ੁਰੂ ਹੋਇਆ, ਕਿਸੇ ਇਸ ਤਰ੍ਹਾਂ ਦੇ ਵਿਵਾਦਾਂ ਤੋਂ ਸ਼ੁਰੂ ਹੋ ਰਿਹਾ ਜਾਂ ਇਹਦੇ ਪਿੱਛੇ ਵੀ ਕੋਈ ਹੋਰ ਰਾਜ਼ ਹੈਗਾ, ਜਿਹੜਾ ਜਿਵੇਂ ਤੁਸੀਂ ਕਿਹਾ ਨਾ ਵਿਵਾਦ ਨਾਲ ਜੋੜ ਕੇ ਲੋਕ ਚਾਹੁੰਦੇ ਨੇ ਕਿ ਸਿੱਖੀਜ਼ਮ ਤੋਂ ਹਟਾਇਆ ਜਾਵੇ, ਲੋਕਾਂ ਨੂੰ ਪਾਸੇ ਧਿਆਨ ਭਟਕਾਇਆ ਜਾਵੇ, ਜਿਹੜੇ ਕਲਾਕਾਰ ਨੇ ਚਾਹੇ ਪਿੱਛੇ ਗੋਤ ਤਾਂ ਜ਼ਰੂਰ ਲਾ ਰਹੇ ਨੇ ਪਰ ਨਾਂ ਨਾਲ ਸਿੰਘ ਲਾਉਣਾ ਬੰਦ ਕਰ ਗਏ ਹੈ, ਉਹਦਾ ਵੀ ਕੋਈ ਕਾਰਨ ਹੋ ਸਕਦਾ? ਬਸ ਕਈ ਚੀਜ਼ਾਂ ਨੇ ਜਿਹੜੀਆਂ ਇੱਕ ਤਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਅਚੇਤ ਰੂਪ 'ਚ ਹੋ ਜਾਂਦੀਆਂ ਨੇ, ਕਈ ਵਾਰੀ ਸਾਡੇ ਵੱਲੋਂ ਵੀ ਗਲਤੀਆਂ ਹੁੰਦੀਆਂ ਨੇ ਉਹਦੇ 'ਚ। ਜਿਵੇਂ ਇਹੀ ਹੈ ਵੀ ਹੁਣ ਕਲਾਕਾਰਾਂ ਨੂੰ ਅਸੀਂ ਕੋਈ ਵੀ ਉਹ ਮਾੜੀ ਮੋਟੀ ਗਲਤੀ ਕਰ ਲੈਣ, ਅਸੀਂ ਗਾਲਾਂ ਕੱਢਣ ਲਈ ਅਤੇ ਧਰਨੇ ਮੁਜ਼ਾਹਰੇ ਕਰਨ ਲਈ ਤਾਂ ਪਹੁੰਚ ਜਾਂਦੇ ਹਾਂ ਕਿ ਕਦੇ ਵੀ ਕੋਈ ਜਥੇਬੰਦੀਆਂ, ਕੋਈ ਸ਼੍ਰੋਮਣੀ ਕਮੇਟੀ, ਕੋਈ ਅਕਾਲ ਤਖਤ ਸਾਹਿਬ ਨੇ ਇੱਦਾਂ ਦੀ ਕਮੇਟੀ ਬਣਾਈ ਹੋਵੇ ਕਿ ਆਪਾਂ ਪਰਸਨਲੀ ਇਹਨਾਂ ਨੂੰ ਪਹਿਲਾਂ ਘਰੇ ਜਾ ਕੇ ਪ੍ਰੇਰੀਏ ਕਿ ਭਾਈ ਤੁਸੀਂ ਇਸ ਪਾਸੇ ਇੱਦਾਂ ਕੰਮ ਕਰੋ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਅਸੀਂ ਬੈਠੇ ਹਾਂ, ਤੁਸੀਂ ਸਾਡੇ ਬੱਚੇ ਹੋ, ਤੁਸੀਂ ਸਾਡੇ ਕੌਮ ਦੇ ਬੱਚੇ ਹੋ,
कदे अज तक किसी ने एप्रीशिएट नहीं किया, किसी ने कोई चंगा गाया उन्होंने शाबाश नहीं दी। ठीक है, सोशल मीडिया से अजकल थोड़ा बहुत चलता भी आ गाना वधिया आ गया, ज्यादा आ गया, पर एक कमेटी बने बाकायदा उन्होंने समझावे जे कि वह गलती भी करता है, क्योंकि कलाकार है वह किता है, जे वह गलती भी करता है तो भी वह जलूस ना कटिया जाए। मैं मैनू बड़ा दुख रहूगा जो गुरबख्श सिंह ने भुख हड़ताल की थी ना, तुहाडे शायद याद होना, मैं लगता तुसीं भी गए सी भुख हड़ताल ते, उस वेले पंजाब का सब तो वड्डा कलाकार है दलजीत, वह आया सी, वह आता रहा किस मसले ते, असी उत्थे अदालत ला के थोड़ी बैठे हाँ, उतो आके गुरबख्श सिंह माफिया मंगा रहा भी तू गीत गाया थी पूरे सिख खाड़कूर खड़ा, तो वह माफिया मंग रहा, तो वह वीडियो वायरल तक की गई, किमें द्वारे कोई बंदा आजगा, डरूगा नहीं वो बंदा, फिर वो सिखी तो भी दूर जाऊगा। तो कि एक बंदा एड्डा वड्डा बॉलीवुड का इंटरनेशनल लैवल का होकर साड़ी किसी भी उहदे विच मूवमेंट के खड़ रहे आके असी उन्होंने जी आया कहने दिया तो माफिया मंगा रहे हैं। इस तरह अपन बहुत फराक दिल होना पऊ, जिहड़ा सिंह है वह मैं दस रहा कि एक वड्डा लकब है, ना पग बन्नण की इजाजत सी सारे पुराने वेले, जो आप देखते हैं पैरों से जुत्ती तक नहीं पा सकते थे, तांते कपड़े तो उदो क्योंकि बहुत घट पहले होंगे सी, गरीबों लिए तो कपड़ा है ही नहीं थी, उपरला तन नंगा रखो। गुरु पातशाह ने कहा सब कुछ कर सकते हो, कौन रोकद, जे दसिया भी भाई उच्चिया जातों वाले रोकते हैं जी, तो मेरे हजूर ने हथ च टेक दे दी आ रखी गाटा ला दी जिहड़ा तैनूं रोकूगा, देखदा किहड़ा रोकदा, जे माला दित्ती है ना नाल तलवार इसे लई दित्ती है, हुण झुकना नहीं, अखां मीच के पाठ नहीं करना, अखां खोल के करी, जिहड़ा तैनूं रोकणा उह आउंदे ही झटका दी, बाकी मैं बैठा, ते मैं बैठे तो भाव पंथ बैठा है, जे अज गुरु नहीं तां पंथ बैठा है, और आपां नूं पता है फिर पंथ पिछे नहीं हटदा जदों गल पंथ दी आउंदी है। तां कमरदीप सिंह जी थोड़ा बहुत बहुत धन्यवाद, टाइम कढ़िया तुसीं स्टूडियो आए, बड़ी बड़मुली जानकारी जिहड़ी हैगी साडे स्रोतियां दर्शकां नूं दित्ती आ। सो तुसीं भी जिहड़ा हैगा अपने कमेंट करके विचार जिहड़े साडे नाल सांझे कर सकदे हो, बने रहो लोकरण चैनल दे नाल, धन्यवाद।